ਅਮਰਦੀਪ ਕੌਰ ਕੀ ਗੱਲ ਬਾਤ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਇਹਨੇ ਫੋਨ ਕੀਤਾ ਪ੍ਰਾਹੁਣੇ ਨੇ ਉਦਾਂ ਕਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀਗੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚੱਲਦੀ ਨਹੀਂ ਗੀ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਨਹੀਂ ਸੀਗੀ ਇਹ ਜਾਣ ਕੇ ਫਰਮੈਲਿਟੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇਰ ਇਹਨੇ ਘੜੀ ਕੁ ਤਾਂ ਫੇਰ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਗ ਪਿਆ ਮੇਰੇ ਘਰ ਵਾਲਾ ਕਹਿੰਦਾ ਮੈਂ ਛੁੱਟੀ ਕਰ ਲੈਂਦਾ ਆ ਕਹਿੰਦਾ ਆਪਾਂ ਚੱਲ ਚੱਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਦੋਂ ਛੋਟੀ ਨੂੰ ਮੈਂ ਕੀਤਾ ਮੈਂ ਕਿਹਾ ਇਦੂ ਆਹ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿੱਦਾਂ ਆ ਇਹਨੇ ਏਦਾਂ ਨੀ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇਰ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਕੀ ਨਾਮ ਸੀਗਾ ਉਹਦਾ ਜਿਹੜਾ ਪ੍ਰਾਹੁਣੇ ਦਾ ਨਾਮ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਰਿਜ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਸੀ ਅਸੀਂ ਦਰਖਾਸਤ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸੀਗਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਣਜਾ ਰਹਿੰਦਾ ਸੀ ਉਹ ਲੈਣ ਗਏ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਨੂੰ ਵੀ ਇਹਨਾਂ ਨੇ ਕੁੱਟਿਆ ਸੀਗਾ ਉਦੋਂ ਇਹਦਾ ਸਹੁਰਾ ਵੀ ਜਿੰਦਾ ਸੀ ਹੁਣ ਇਹਦਾ ਸਹੁਰਾ ਵੀ ਇਹਦੇ ਸਹੁਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮੈਂ ਨਾ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹੇ ਰੋਂਦੀ ਬਹੁਤ ਸੀਗੀ ਉਦਣ ਤੇ ਮੰਮੀ ਮੇਰੀ ਨੇ ਕਿਹਾ ਵੀ ਕਹਿੰਦੀ 2 ਦਿਨ ਰਹਿ ਲਾ ਤਾਂ ਰਹੀ ਨੀ ਕਹਿੰਦੀ ਨਹੀਂ ਮੈਂ ਲੋਕਾਂ ਨੇ ਕਹਿਣਾ ਇਹਨੂੰ ਵਸਣਾ ਨੀ ਆਉਂਦਾ ਕਨੀ ਵੀ ਇਹ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵੱਲੋਂ ਬਹੁਤ ਦੁਖੀ ਸੀਗੇ ਜਿੱਦਾਂ ਅਸੀਂ ਆਪਣੇ ਭੈਣ ਸਾਰੀਆਂ ਭੈਣਾਂ ਆਪਣੇ ਘਰੇ ਸੁੱਖੀਆਂ ਸੀਗੀਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਲੱਗ ਪਿਆ ਸੀ ਉਹਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਿਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨਵਦੀ ਤਾਂ ਤੂੰ ਛੱਡ ਛਡਾ ਕਰ ਲਾ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਵਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜੇ ਚੰਗਾ ਮਾੜਾ ਸੀ ਤੇਰਾ ਹੋਰ ਕਿਤੇ ਕਰ ਦੇਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪ੍ਰਾਹੁਣੇ ਨੇ ਹਨਾ ਜਦੋਂ ਜਲੰਧਰ ਸੀ ਸਾਡਾ ਪਰਚਾ ਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨੀ ਆ ਕਿ ਹਨਾ ਤੂੰ ਹੁਣ ਆ ਜਾ ਆਪਣਾ ਨਹੀਂ ਮੈਂ ਮਾਫ਼ੀ ਮੰਗਦਾ ਤੇਰੇ ਕੋਲੋਂ ਹੁਣ ਇਹ ਪਤਿਆ ਕੇ 3 ਕੁ ਮਹੀਨੇ ਹੋਏ ਸੀ ਪਤਿਆ ਕੇ ਹੀ ਲਗਿਆ ਸੀ ਇਹ ਆਲੋਵਾਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਲਵੰਡੀ ਸਨੇਮ ਹੁਣ ਤੁਸੀਂ ਕੀ ਮੰਗ ਕਰ
ਅਸੀਂ ਤਾਂ ਇਹ ਸਾਨੂੰ ਇਨਸਾਫ ਚਾਹੀਦਾ ਆ, ਸਾਨੂੰ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਛੱਡ ਦਿੰਦੇ। ਕੋਲੋਂ ਵੀ ਇਹ ਗਾਲਾਂ ਕਢਵਾਉਂਦਾ ਸੀਗਾ ਮੇਰੀ ਭੈਣ ਨੂੰ। ਕੀ ਨਾਮ? ਸਰਬਜੀਤ ਕੌਰ। ਕੀ ਗੱਲਬਾਤ? ਗੱਲਬਾਤ ਇਹ ਹੀ, ਅਸੀਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ। ਇਹਨੂੰ ਮੁੜ ਕੇ ਉਹਦੇ ਦਿਲ ਦੇ ਵਿਚ ਸੀਗੀ ਵੀ ਮੈਂ ਇਦਾਂ ਕਰਨੀ ਆ। ਸੱਸ ਨਨਾਣ ਵੀ ਕੱਲ ਵੀ ਉਹਨੇ ਫੋਨ ਕੀਤਾ ਸੀਗਾ, ਕਹਿੰਦੀ ਸੀ ਮੇਰੇ ਨਾਲ ਲੜਦੀਆਂ ਬੋਲਦੀਆਂ ਆ ਇਹ, ਕਹਿੰਦੀ ਸੀ ਮੇਰੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ। ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਤਾਂ ਡੇਲੀ ਇਹ ਬਹੁਤ ਲੜਦੇ ਸੀ ਤਿੰਨੇ ਰਲੇ ਹੋਏ ਸੀ ਤਿੰਨੇ ਹੀ ਜਣੇ। ਸਾਨੂੰ ਲੱਗਦਾ ਵੀ ਏਦਾਂ ਰੱਸੀ ਪਾ ਕੇ ਇਹਨੇ ਪਿੱਛੇ ਗਾਲ ਕੁੱਟ ਸਿੱਟਿਆ ਆ ਪਈ ਦਾ, ਤਾਂ ਬਾਥਰੂਮ ਬੈਡ ਤੇ ਨਿਕਲਿਆ ਮਾਰੀ ਗਈ ਆ। ਜਦੋਂ ਮੈਂ ਫੋਨ ਕੀਤਾ ਵਾਪਸ ਰਾਜਵਿੰਦਰ ਦੇ ਫੋਨ ਤੇ ਮੈਂ ਕਿਹਾ ਕਿੱਥੇ, ਮੈਂ ਕਿਹਾ ਬੋਲੀ ਨੀ, ਕਹਿੰਦਾ ਮੈਂ ਕਿਹਾ ਤੂੰ ਦੇਖ ਹੈਗੀ ਵੀ ਆ ਮੇਰੇ ਪੈਂਦੀ ਲੈਂਦੀ ਇਹੀ ਮੂੰਹੋਂ ਨਿਕਲੀ ਵੀ ਹੈ ਨੀ ਗੀ, ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਸੀ ਵੀ ਇਹਨਾਂ ਨੇ ਕੁਛ ਨਾ ਕੁਛ ਕਰ ਦੇਣਾ ਆ। ਅਸੀਂ ਬਹੁਤ ਡੱਕਦੇ ਸੀ ਕੁੜੀ ਨੂੰ ਵੀ ਨਾ ਜਾ ਨਾ ਜਾ, ਪਰ ਉਹ ਕਹਿੰਦੀ ਹੁੰਦੀ ਸੀ ਮੇਰਾ ਘਰ ਆ ਮੇਰਾ ਘਰ ਨਾ। ਅਸੀਂ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ, ਫੋਨ ਨਹੀਂ ਸੀ ਚੱਕ ਰਿਹਾ ਕਿਉਂਕਿ ਉਹ ਡਾਊਟ ਸੀ ਸਾਨੂੰ ਇਸ ਗੱਲ ਦਾ ਵੀ ਕੁੜੀ ਮਾਰ ਦਿੱਤੀ ਇਹਨਾਂ ਨੇ ਸਾਨੂੰ ਹੀ। ਜਦੋਂ ਡੈਡ ਬੋਡੀ ਹੋ ਗਈ ਇਹਦੇ ਘਰੇ ਗਏ ਆ, ਅਸੀਂ ਮੰਜੇ ਦੇ ਲਾਸ਼ ਦੇਖੀ, ਅਸੀਂ ਕਿਹਾ ਚਲੋ ਇਹ ਕਹਿੰਦੇ ਅਟੈਕ ਹੋ ਗਿਆ, ਅਸੀਂ ਅਟੈਕ ਹੀ ਮੰਨ ਲਿਆ ਸੀਗਾ। ਕੱਪੜਾ ਚੱਕ ਕੇ ਮੇਰੇ ਕੋਲ ਕਾਗਜ਼ ਸਰ ਕੋਲ ਜਾਨ ਸਾਡੀ ਫੋਟੋ ਵਿੱਚ ਰੱਸੀ ਦੇ ਨਿਸ਼ਾਨ ਪਏ ਹੋਏ, ਰੱਸੀ ਦੇ ਨਿਸ਼ਾਨ ਸੀਗਾ, ਪਤਾ ਨਹੀਂ ਕਾਹਦੇ ਨਾਲ ਮਾਰੀ ਸਾਨੂੰ ਪਤਾ ਕਾਲ ਕੁੱਟਿਆ ਕੇ ਚੁੰਨੀ ਪਾਈ ਇਹ ਨਹੀਂ ਪਤਾ ਸੀ। ਅਸੀਂ ਡੈਡ ਬੋਡੀ ਦੇਖੀ ਜਾ ਕੇ। ਹਾਂਜੀ ਸਰ, ਸਰ ਕੀ ਮਾਮਲਾ ਜੀ ਇਹ? ਅੱਜ ਸਵੇਰੇ ਟੈਲੀਫੋਨ ਤੇ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਈ ਹੈ, ਜਿਸ ਉਪਰੰਤ ਚੌਂਕੀ ਇੰਚਾਰਜ ਗੁੱਗੀ, SHO ਸਦਰ, ਬਾਅਦ ਵਿੱਚ ਮੈਂ ਵੀ ਮੌਕਾ 'ਤੇ ਪੁੱਜੇ ਸੀ, ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਹੈਗੀ ਆ ਜਨਾਨੀ, 35 ਸਾਲ ਉਮਰ ਆ ਇਹਦੀ। ਇਹਦਾ ਕਰੀਬ 9 ਕੁ ਸਾਲ ਪਹਿਲਾਂ ਅਮਰੀਕ ਸਿੰਘ ਸਾਨੂੰ ਪੂਰਨ ਚੰਦ ਵਾਸੀ ਤਲਵੰਡੀ ਸਲੇਮ ਨਾਲ ਵਿਆਹ ਹੋਇਆ ਸੀ। ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ, ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸ ਵਿੱਚ ਪਰਿਵਾਰਕ ਕਲੇਸ਼ ਰਹਿੰਦਾ ਸੀ, ਜਿਹਦੇ ਸੰਬੰਧੀ ਕਈ ਵਾਰ ਪੰਚਾਇਤਾਂ ਨੇ ਫੈਸਲੇ ਕਰਾਏ ਆ, 1-2 ਵਾਰ ਥਾਣੇ ਸਦਰ ਉੱਗੀ ਚੌਂਕੀ 'ਚ, ਹੁਣ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮੰਡਲ ਜਲੰਧਰ ਵੀ ਫੈਸਲਾ ਹੋਇਆ ਸੀ, ਪਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿੰਦਾ ਸੀ। ਉਸੇ ਤਹਿਤ ਇਹ ਜਿਹੜਾ ਆ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ, ਇਹਨੇ ਆਪਣੀ ਸਾਲੀ ਨੂੰ ਫੋਨ ਕਰਕੇ ਦੱਸਿਆ ਵੀ ਰਾਜਵਿੰਦਰ ਕੌਰ ਦੀ ਸਿਹਤ ਠੀਕ ਨਹੀਂ ਗੀ, ਉਹ ਬੋਲਚਾਲ ਨਹੀਂ ਗਈ। ਅਗਲਾ ਮਿੰਟ 'ਤੇ ਜਦ ਉਹ ਇਹਦਾ ਜਿਹੜੀ ਮਰਨ ਵਾਲੀ ਜਨਾਨੀ ਆ, ਇਹਦਾ ਭਰੋਈਆ, ਇਹਦੀ ਭੈਣ, ਮਾਂ, ਚਾਚੇ ਦਾ ਮੁੰਡਾ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਨਾਨੀ ਮਰੀ ਪਈ ਸੀ ਉਹਦੇ ਗਲ ਦੇ ਵਿੱਚ ਇੱਕ ਨਿਸ਼ਾਨ ਸੀ ਜੋ ਚੁੰਨੀ ਜਾਂ ਕਿਸੇ ਰੱਸੀ ਨਾਲ ਗਲ ਘੁੱਟਣ ਦਾ ਸੀਗਾ। ਠੀਕ ਆ, ਉਹਨੀ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ
ਨੇ ਆਪਣੀ ਮਾਤਾ ਬਲਵਿੰਦਰ ਕੌਰ ਅਤੇ ਇੱਕ ਛੋਟਾ ਭਰਾ ਆ ਜਸਕਰਨ ਸਿੰਘ ਜੱਸਾ ਉਹਦੇ ਨਾਲ ਮਿਲ ਕੇ, ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰ ਛੱਤ ਥੱਲੇ ਰਹਿੰਦਾ ਸੀ, ਨਾਲ ਮਿਲ ਕੇ ਮਾਰ ਦਿੱਤਾ ਆ। ਜੋ ਬਿਆਨ ਲਿਖ ਕੇ ਹੁਣ ਅਸੀਂ ਪਰਚਾ ਦਰਜ ਕਰ ਰਹੇ ਹਾਂ, ਉਹ ਤੋਂ ਬਾਅਦ ਤਫਤੀਸ਼ ਦਾ ਜਿੱਦਾਂ ਜਿੱਦਾਂ ਸਾਹਮਣੇ ਫੈਕਟਸ ਆਉਣਗੇ ਉਹਦੇ ਮੁਤਾਬਕ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਊਗੀ। ਜੋ ਜੋ ਵੀ ਬੰਦਾ ਦੋਸ਼ੀ ਦਰਾਨੇ ਤਫਤੀਸ਼ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ਼ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ? ਮਾਮਲਾ ਜੀ ਦੇਖੋ ਇੱਕ ਕਦਮ ਦਾ ਮਾਮਲਾ ਅਤੇ ਉੱਥੋਂ ਸੋਚ ਦਰਜ ਹੋਵੇ।